अथाह अगणत श्री वाहिगुरु साहिब जीओ नमस्तं सोई कै नमस्तं अनेक कै नमस्तं अभूते नमस्तं सो एक परम सम्मानयोग गुरु रूप खालसा साध संगत जीओ सरबत संगत रसना करो पवित्र आखो जी वाहिगुरु जी का खालसा वाहिगुरु जी की फतेह। सरबंस सदानी अमृत के दाते पंथ दे वाली धन गुरु गोबिंद सिंह जी महाराज आओ तेरा दी पवित्र बाणी श्री मुखवाक बाणी श्री जाप साहब दी कथा विचार धन बाबा जवाहर दास जी के पवित्र स्थान उपर दबदबी टकसाल के मुखी संत बाबा हरनाम सिंह जी खालसा जी वालों गुरमत के प्रचार प्रसार वास्ते आरंभ की है। पिछले हफ्ते भजन प्रयात शादियां अठ पौड़ियां तक कथा हो चुकी है, अगे नौवीं पौड़ी आरंभ होती है। आप संगत आसीस बख्शो कृपा करो अर्थ विचार गुरमत विचार करन दा जतन करिए। सतगुरु जी की फरमा रहे ने वाहिगुरु परमेश्वर की उस्तत करते ने ते उस्तत करते हुए उस दे पवित्र नाम आप जी उच्चारण करते हुए फरमाते ने नमस्तं सो एक नमस्तं अनेक वाहिगुरु परमेश्वर जिन्हां महापुरशां ने सेवा कीती सिमरन कीता सेवा सिमरन करन दे नाल मन दी एकाग्रता कीती हिरदे नूं शुद्ध कीता जदों उन्हां दा मन एकाग्र हो गया ते उन्हां ने एक विलक्षण खेड वेखी एक परमात्मा ही हर थां ते बैठा है भावें दिखण दे विच अनेकता आउंदी है रंगी रंगी भाती कर कर जिनसी माया वेखण दे विच इह अनेकता दिखदी है पर है एक ही हर जगह ते एक ही बैठा है। इस गल उत्ते बहुत जोर दिता है पर समझ जदों आई जदों सेवा सिमरत करके मन एकाग्र हो गया मन शुद्ध हो गया अज्ञानता का पर्दा लह गया फिर एक ही नजर आया हर जगह। हुण जिहड़ी
ਭਰੀ ਹਰਬੇ ਦਾ ਵਰਨਾ ਦੇਖੋ ਕੋਈ ਕਹਿ ਦਿੱਤਾ ਉਹਦਾ ਤੇ ਅਰਥ ਹੋ ਗਿਆ ਵੀ ਇੱਕ ਹੀ ਹੈ ਲਾ ਇਲਾ ਇੱਕ ਹੀ ਹੈ ਲਾ ਸ਼ਰੀਕ ਦੂਜਾ ਨਹੀਂ ਹੈ ਕੋਈ ਸ਼ਰੀਕ ਨਹੀਂ ਉਹਦਾ ਅੱਗੇ ਲਾ ਦਿੱਤਾ ਸੋ ਸੱਸੇ ਔਕੜ ਕੱਲਾ ਇੱਕ ਨਹੀਂ ਹੈ ਸੋ ਸ੍ਰੇਸ਼ਟ ਵੀ ਹੈ ਸਭ ਤੋਂ ਉੱਤਮ ਉਹਦੇ ਵਰਗਾ ਹੋਰ ਕੋਈ ਨਹੀਂ ਜਿਹੜਾ ਅੱਗੇ ਸੱਸਾ ਲਾਇਆ ਨਾ ਸੱਸੇ ਦੇ ਥੱਲੇ ਔਕੜ ਲਾਈ ਹੈ ਉਹ ਦੋ ਗੱਲਾਂ ਦੀ ਵਾਚਕ ਹੈ ਇੱਕ ਤੇ ਸੁੰਦਰਤਾ ਦੀ ਤੇ ਇੱਕ ਸ੍ਰੇਸ਼ਟਤਾ ਦੀ ਉਹਦੇ ਵਰਗਾ ਸੋਹਣਾ ਵੀ ਕੋਈ ਨਹੀਂ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ ਜਿਹੜੀ ਸੰਸਾਰ ਦੇ ਵਿੱਚ ਸੁੰਦਰਤਾ ਮਨ ਨੂੰ ਖਿੱਚਦੀ ਹੈ ਇਹ ਸੁੰਦਰਤਾ ਵੀ ਉਸ ਵਾਹਿਗੁਰੂ ਦਾ ਹੀ ਇੱਕ ਪਰਛਾਵਾ ਹੈ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਇਹ ਪਵਿੱਤਰ ਵਚਨ ਅੰਕਿਤ ਕੀਤੇ ਨੇ ਅਖੀਰ ਲਈ ਆ ਜਿਹੜੀਆਂ ਚੌਪਈਆਂ ਦੋਹਰੇ ਨੇ ਕਮਾਲ ਹੀ ਹੈ ਜੈ ਦੈ ਮਹੀ ਬੰਤਨ ਪ੍ਰਫੁੱਲ ਸੋਭਾ ਬਸੰਤ ਜਹ ਤੈ ਪ੍ਰਡੁੱਲ ਬੰਤਨ ਦੁਰੰਤ ਖਗ ਮਿਰਕ ਮਹਾਨ ਜਹ ਤੈ ਪ੍ਰਫੁੱਲ ਸੁੰਦਰ ਸੁਜਾਨ ਇੱਕ ਦੇ ਅੱਗੇ ਲਾਇਆ ਸੱਸਾ ਸੱਸੇ ਥੱਲੇ ਲਾਈ ਔਂਕੜ ਪੈਣੇ ਸੋਹਣਾ ਵੀ ਸਭ ਤੋਂ ਤੇ ਸ੍ਰੇਸ਼ਟ ਵੀ ਸਭ ਤੋਂ ਉੱਤਮ ਵੀ ਸਭ ਤੋਂ ਐਸੇ ਵਾਹਿਗੁਰੂ ਸੱਜੇ ਪਾਤਸ਼ਾਹ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਨਮਸਤਕ ਮੇਰੀ ਨਮਸਕਾਰ ਹੈ ਨਮਸਤੰ ਸੋ ਇੱਕੈ ਹੁਣ ਇੱਕ ਦੇ ਅੱਗੇ ਜਿਹੜਾ ਸੱਸਾ ਲਾਇਆ ਇਹਦਾ ਇੱਕ ਹੋਰ ਅਰਥ ਵੀ ਮਹਾਂਪੁਰਸ਼ ਕਰਦੇ ਨੇ ਗੁਣੀ ਜਨ ਵਿਦਵਾਨ ਜਨ ਕਰਦੇ ਨੇ ਕੀ ਕਹਿੰਦੇ ਨੇ ਜਿਹੜੀ ਸੱਸੇ ਥੱਲੇ ਔਂਕੜ ਲੱਗੀ ਹੈ ਜਿੱਥੇ ਉਹ ਕਹਿੰਦੀ ਹੈ ਵੀ ਸੋਹਣਾ ਵੀ ਉਹੀ ਇੱਕ ਆ ਸ੍ਰੇਸ਼ਟ ਵੀ ਉਹੀ ਇੱਕ ਆ ਤੇ ਸੱਸੇ ਥੱਲੇ ਔਂਕੜ ਦਾ ਇੱਕ ਭਾਵ ਇਹ ਵੀ ਹੁੰਦਾ ਵਾ ਕਿ ਸਭ ਤੋਂ ਸੂਖਸ਼ਮ ਵੀ ਉਹੀ ਹੈ ਬਰੀਕ ਮਹੀਨ ਸੂਖਸ਼ਮ ਦਾ ਭਾਵ ਪਕੜ ਦੇ ਵਿੱਚ ਨਹੀਂ ਆਉਣ ਵਾਲਾ ਬਾਹਰਲੀਆਂ ਇੰਦਰੀਆਂ ਦੀ ਪਕੜ 'ਚ ਨਹੀਂ ਆਉਂਦਾ ਪੰਚਦਸ਼ੀ ਦੇ ਵਿੱਚ ਤੇ ਇੱਥੋਂ ਤੱਕ ਲਿਖਿਆ ਵੀ ਮਨ ਜਿਹੜਾ ਹੈ ਸਾਡਾ ਵਾਲ ਕਿੰਨਾ ਬਰੀਕ ਹੁੰਦਾ ਇਸ ਵਾਲ ਦਾ ਸੌਵਾਂ ਹਿੱਸਾ ਜੇ ਕੋਈ ਕਰ ਸਕੇ ਤੇ ਇੰਨਾ ਬਰੀਕ ਮਨ ਹੀ ਹੈ ਇੱਥੇ ਬਰੀਕ ਦਾ ਮਤਲਬ ਇਹ ਨਹੀਂ ਵੀ ਜਿਵੇਂ ਬਰੀਕ ਚੀਜ਼ ਹੁੰਦੀ ਬਰੀਕ ਮੈਨੂੰ ਪਕੜ 'ਚ ਨਹੀਂ ਆਉਂਦਾ ਕਿਉਂ ਪਰਮੇਸ਼ਰ ਤੇ ਧਰਮ ਨਹੀਂ ਨਾ ਲਾਗੂ ਹੁੰਦਾ ਵੀ ਉਹ ਵੱਡਾ ਵਾ ਕੇ ਛੋਟਾ ਵਾ ਮੋਟਾ ਵਾ ਕੇ ਬਰੀਕ ਇਹ ਨਹੀਂ ਗੱਲਾਂ ਲਾਗੂ ਹੁੰਦੀਆਂ ਇੱਥੇ ਨਿਰਗੁਣ ਦੀ ਗੱਲ ਚੱਲਦੀ ਪਈ ਜੇ ਤੇ ਸਰਗੁਣ ਦੀ ਆਊਗੀ ਉੱਥੇ ਸਾਰੇ ਧਰਮ ਲਾਗੂ ਹੋਣਗੇ ਵੀ ਸਰੀਰ ਕਿੱਦਾਂ ਦਾ ਸੀ ਤਾਂ ਮਨ ਹੀ ਇੰਨਾ ਬਰੀਕ ਆ ਬੰਦੇ ਦਾ ਮਨ ਹੀ ਨਹੀਂ ਜਿੱਤਿਆ ਜਾਂਦਾ ਜੋ ਕੁਝ ਆ ਬੰਦੇ ਦੀ ਕਲਪਨਾ ਚ ਕਦੀ ਗਿਆਨ ਕਦੀ ਧਿਆਨ ਕਦੀ ਵਿਰਾਗ ਕਦੀ ਪ੍ਰੇਮ ਕਦੀ ਕਾਮ ਕਦੀ ਕ੍ਰੋਧ ਸਭ ਮਨ ਚ ਹੀ ਹੈ ਮਨ ਤੋਂ ਅੱਗੇ ਜੋ ਹੈ ਉਹਦੇ ਵਿੱਚ ਕੁਝ ਵੀ ਨਹੀਂ ਹੈ ਉਹ ਇੱਕ ਅਵਸਥਾ ਬਸ ਸਥਿਰ ਆ ਉਹ ਨਹੀਂ ਬਦਲਦਾ ਬਾਕੀ ਸਾਰੀ ਦਿਹਾੜੀ ਧਿਆਨ ਬਦਲਦਾ ਰਹਿੰਦਾ ਹੈ ਤਾਂ ਮਹਾਰਾਜ ਕੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਪਕੜ 'ਚ ਨਹੀਂ ਆਉਂਦਾ ਇਸ ਕਰਕੇ ਸੋ ਸੂਖਸ਼ਮ ਹੈ ਸਭ ਤੋਂ
वो एक सूक्ष्म है। ते गल गुरबाणी विच भी लिखी सच्चे पातशाह ने हर जी सूखम अगम है के तो बिद मिले आ जाए। वाहिगुरु सूक्ष्म है, अगम अगोचर है। प्रश्न किया है धन गुरु अमरदास साहब ने मैं किदा मिला, ता इस तरह महापुरुष अर्थ करते रहे जा फिर एक होर अर्थ किया नमस्तं सो एक एक कदों होया हुण ते अनेकता देखती पई है। बाहर देखो ना किन्ने तरह का संसार है, कोई भी एक दूजे नाल रलता नहीं है, खेड है रब की। एक होंदा वा पर कदों परले काल च जदों सारा संसार खत्म हो जाता अरबत दरबत धंधूकारा उस समय फिर सारे संसार नूं अपने च लै करके एक रूप च स्थित हुंदा है। उत्थे इको एक ही बजदा बस, इस करके सो अगे लाया भी इको एक ही बजदा है। ऐसे वाहिगुरु नूं ऐसे परमेश्वर नूं महाराज कहिंदे नमस्कार है। नमस्तं अनेक हुण ओहो ही वाहिगुरु जिहड़ा संसार बनन तो पहला इको एक सरूप दे विच स्थित सी, एक ही सी। जीवां दे कर्मां दा फल देण वास्ते धार्मिक ग्रंथां जिस तरह लिखिया है कि जीवां दे कर्मां दा फल देण वास्ते उहदे च इच्छा पैदा होई कि एक धोण मैं अनेका रूप हो जां ता संसार बनना आरंभ होया। जिहड़ी संसार बनन वाली गल है यह सब तो सोहनी गुरबाणी च लिखी, बाकी जिन्हां कल्पना कीतियां ने साइंस उहदियां धज्जियां डाउंदियां। किसे ने कल्पना कीती भी हफ्ते च दुनिया बनी, ऐतवार फिर रब थक गया, उहने आराम करना सी इस करके ऐतवार सुते रहिंदे। किसे ने कल्पना कुछ कीती, किसे ने कुछ कीती। बाइबल च लिखिया भी धरती चपटी है, पुराणा दे विच लिखिया वा भी चंद्रमा जिहड़ा है ये उत्ते आ ते सूरज थले है। जिन्नी भी कल्पना वह एक दिन गलत साबित हो जाती। महाराज ने आख्या भी इहो जिहियां गल्लां क्यों करते हो तुसीं, लोगों नूं बेवकूफ बना लोगे थोड़े चिर लई पर बहुता चिर थोड़ी बढ़नगे। जदों महाराज नूं पुछिया भी धरती किदां बनी है किवें बनी है, महाराज ने आख्या ना पंडतां नूं पता ना मौलवियां नूं पता, जिन्हें बनाई बस उन्हूं ही पता है भी किदां बने, बाकी सब कल्पनावां है। जा करता सिरठी को साजे आपे जाने सोई, कानू झूठ मारदे होई। बाद जो साइंस उन्हों खेरू खेरू करूगी पैरां थले रोलूगी तुहाडे सिधांत नूं, फिर कहोगे भी साडा सिधांत खंडन करते हैं, निंदिया करते हैं साडे सिधांत। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਉਹ ਜਿਹੜਾ ਇੱਕ ਸੀ ਵਾਹਿਗੁਰੂ, ਫਿਰ ਜੀਵਾਂ ਦੇ ਕਰਮਾਂ ਦੇ ਫਲ ਦੇਣ ਵਾਸਤੇ ਉਹਦੇ 'ਚ ਇੱਛਾ ਪੈਦਾ ਹੋਈ। ਕੀ ਪੈਦਾ ਹੋਈ ਵੀ ਇੱਕ ਤੋਂ ਹੁਣ ਅਨੇਕਾਂ ਰੂਪ ਹੋਵਾਂ। ਤਾਂ ਉਸ ਅਨੇਕ ਰੂਪ ਨੂੰ ਜਿਹੜਾ ਵਾਹਿਗੁਰੂ ਇੱਕ ਸੀ, ਇਹ ਅੱਜ ਦੇਖੋ ਸੰਸਾਰ ਅਨੇਕ ਰੂਪ ਹੈ, अनेक रूप दे विच अनेक रूप वाले वाहिगुरु नूं महाराज कहिंदे मैं नमस्कार। अनेक रूप संसार है, इहनूं धार्मिक ग्रंथां च पता की नां दित्ता, विराट। जिहदी मोटी मत होवे ना, इह इदां ग्रंथां च लिखिया है, दास नहीं कहिंदा किसे, इह ग्रंथां च लिखिया वी जिहदी मोटी मत होवे उहदे बरीक जिहड़ा ब्रह्म तत्त है उहदी समझ च नहीं आउणा, इस करके उहनूं अनेक रूप संसार जिहड़ा विराट रूप संसार है ना
ਉਹਦੀ ਪੂਜਾ ਕਰਨੀ ਚਾਹੀਦੀ ਆ ਵੀ ਇਹ ਦੁਨੀਆ ਰੱਬ ਦਾ ਰੂਪ ਹੈ, ਉਹਨੂੰ ਵਿਰਾਟ ਰੂਪ ਕਹਿੰਦੇ। ਇਹ ਜੋ ਦੇਖਦਾ ਪਿਆ ਹੈ ਇਹ ਸਭ ਉਹਦਾ ਰੂਪ, ਇਹਦਾ ਵਿਰਾਟ ਦੀ ਪੂਜਾ ਕਰੇ ਤਾਂ ਉਹ ਵੀ ਧਰ ਜਾਵੇ। ਇਹ ਜਿਹੜਾ ਬਾਹਰ ਸੰਸਾਰ ਦੇਖਦਾ ਪਿਆ ਇਹ ਸਾਰਾ ਹੀ ਉਹਦਾ ਰੂਪ ਹੈ। ਜਿਵੇਂ ਕਹਿ ਦਿੰਦੇ ਆ ਜੀ ਸੂਰਜ ਤੇ ਚੰਦ ਉਹਦੀਆਂ ਅੱਖਾਂ ਨੇ, ਇੱਦਾਂ ਉਹਦਾ ਇੱਕ ਸਰੂਪ ਬਣਾਇਆ ਧਾਰਮਿਕ ਗ੍ਰੰਥਾਂ ਚ ਵੀ ਅਸਤੂਲ ਬੁੱਧੀ ਵਾਲੇ ਵੀ ਤਰ ਜਾਣ ਸੁੱਖ। ਜੇ ਬ੍ਰਹਮ ਤੱਤ ਦੀ ਸਮਝ ਨਹੀਂ ਆਉਂਦੀ ਤਾਂ ਬਾਹਰ ਦੁਨੀਆਂ ਨੂੰ ਦੁੱਖ ਨਾ ਦਿਓ, ਦੁਨੀਆਂ ਵੀ ਉਹਦਾ ਰੂਪ ਹੈ, ਨਰ ਸੇਵਾ ਨਾਰਾਇਣ ਸੇਵਾ। ਤਾਂ ਉਹ ਅਨੇਕ ਰੂਪ ਵਿਰਾਟ ਰੂਪ ਪਰਮੇਸ਼ਰ ਨੂੰ ਵੀ ਮਹਾਰਾਜ ਜੀ ਕੀ ਕਹਿੰਦੇ ਹਨ ਕਿ ਮੈਂ ਨਮਸਕਾਰ ਕਰਦਾ ਹਾਂ, ਨਮਸਤੰ ਅਨੇਕੈ। ਪਹਿਲਾਂ ਕੀ ਸੀ ਨਮਸਤੰ ਸੋ ਇੱਕ ਹੈ, ਹੁਣ ਕੀ ਹੈ ਨਮਸਤੰ ਅਨੇਕੈ। ਇੱਕ ਹੋ ਗਿਆ ਸੂਕਸ਼ਮ, ਅਨੇਕ ਕੀ ਹੋ ਗਿਆ ਸਥੂਲ, ਇੱਕ ਹੋ ਗਿਆ ਵਿਅਸ਼ਟੀ, ਅਨੇਕ ਕੀ ਹੋ ਗਏ ਸਵਸ਼ਟੀ। ਤਾਂ ਅਸਥੂਲ ਰੂਪ ਸੰਸਾਰ ਜਿਹੜਾ ਹੈ ਇਹ ਵੀ ਉਹਦਾ ਰੂਪ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਨਮਸਕਾਰ ਕਰਦਾ। ਹੁਣ ਇਹ ਕਿੱਥੇ ਲਿਖਿਆ? ਇਹ ਦਸਮ ਚ ਲਿਖਿਆ ਸੂਕਸ਼ਮ ਤੇ ਸੂਕਸ਼ਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ, ਉਹ ਸੂਕਸ਼ਮ ਵੀ ਹੈ ਤੇ ਬ੍ਰਿਧ ਅਸਥੂਲ ਵੀ ਹੈ। ਜਿਵੇਂ ਮਹਾਰਾਜ ਕਹਿੰਦੇ ਨਾ ਚੀਟੀ ਤੇ ਕੁੰਚਰ ਅਸਥੂਲਾ, ਚੀਟੀ ਕੀ ਹੈ ਸੂਕਸ਼ਮ, ਕੁੰਚਰ ਕੀ ਹੈ ਅਸਥੂਲ। ਸਾਪਰ ਕਿਰਪਾ ਦ੍ਰਿਸ਼ ਕਰ ਫੁੱਲ, ਤਾਂ ਇਹ ਉਹਦੇ ਹੀ ਰੂਪ ਨੇ, ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਾ ਨੇਤ ਕਹਾਏ, ਸੂਕਸ਼ਮ ਤੇ ਸੂਕਸ਼ਮ ਤੇ ਸੂਕਸ਼ਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ। ਤਾਂ ਐਸੇ ਅਨੇਕ ਅਸਥੂਲ ਰੂਪ ਬਾਹਰ ਸੰਸਾਰ ਰੂਪ ਪਰਮੇਸ਼ਰ ਨੂੰ ਵੀ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮਸਤੰ ਅਭੂਤੇ ਨਮਸਤੰ ਅਜੂਪੇ, ਐੜਾ ਮੈਨੇ ਰਹਿਤ ਭੂਤ ਮੈਨੇ ਪੰਜਾਂ ਤੱਤਾਂ ਤੋਂ, ਭੂ ਆਦਿਕ ਜਿਹੜੇ ਪੰਜ ਤੱਤ ਨੇ ਇਹਨਾਂ ਦੇ ਕੀ ਬਣਦਾ ਸਰੀਰ, ਤੇ ਸਰੀਰ ਤੋਂ ਵਾਹਿਗੁਰੂ ਰਹਿਤ ਹੈ। ਜਾਂ ਅਭੂਤ ਦਾ ਅਰਥ ਹੁੰਦਾ ਅਸਚਰਜ ਰੂਪ, ਹੈਰਾਨ ਕਰ ਦੇਣ ਵਾਲਾ, ਜਿਹੜਾ ਅਸਚਰਜ ਰੂਪ ਵਾਹਿਗੁਰੂ ਹੈ ਉਹਨੂੰ ਮੇਰੀ ਨਮਸਤੰ ਮਹਾਰਾਜ ਜੀ ਦੇ ਨਮਸਕਾਰ ਹੈ। ਜਾਂ ਫਿਰ ਅਭੂਤੇ ਪੰਜਾਂ ਤੱਤਾਂ ਦੇ ਦੇਹੀ ਤੋਂ ਰਹਿਤ, ਜਿਹੜੇ ਅਵਤਾਰਾਂ ਦੇ ਸਰੀਰ ਮੰਨੇ ਗਏ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ, ਇਹ ਮਾਇਕੀ ਸਰੀਰ ਮੰਨੇ ਗਏ ਨੇ, ਪੰਜਾਂ ਤੱਤਾਂ ਵਾਲੇ ਸਾਡੇ ਸਰੀਰਾਂ ਵਾਂਗ ਸਰੀਰ ਨਹੀਂ ਮੰਨੇ ਗਏ। ਉਦਾਹਰਣ ਦੇ ਤੌਰ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਆਪ ਨਾਰਾਇਣ ਜਦੋਂ ਸਰੀਰ ਛੱਡਦੇ ਨੇ ਤਾਂ ਉੱਥੇ ਲੜਾਈ ਹੋ ਜਾਂਦੀ ਹੈ। ਹਿੰਦੂ ਕਹਿੰਦੇ ਸਾਡੇ ਗੁਰੂ ਨੇ, ਮੁਸਲਮਾਨ ਕਹਿੰਦੇ ਨੇ ਸਾਡੇ ਪੀਰ ਨੇ, ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ, ਮੁਸਲਮਾਨ ਕਹਿੰਦੇ ਦੱਬਣਾ ਹੈ। ਜਦੋਂ ਇਹ ਵਿਚਾਰ ਚੱਲਦੀ ਪਈ ਸੀ ਤਾਂ ਕੋਈ ਚਾਰ ਪੰਜ ਸਾਧੂ ਆਏ, ਉਹ ਕਹਿਣ ਲੱਗੇ ਵੀ ਝਗੜਾ ਕਾਹਦਾ ਹੈ। ਕਹਿੰਦੇ ਜੀ ਇਸ ਗੱਲ ਦਾ ਝਗੜਾ। ਉਹ ਸਾਧੂ ਕਹਿਣ ਲੱਗੇ ਵੀ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਇਹਨਾਂ ਦਾ ਸਰੀਰ ਮਾਇਆ ਵੀ ਮਾਇਕੀ ਸਰੀਰ ਹੁੰਦੇ ਨੇ, ਪੰਜਾਂ ਤੱਤਾਂ ਵਾਲਾ ਮਿੱਟੀ ਵਾਲਾ ਸਰੀਰ ਨਹੀਂ ਹੁੰਦਾ, ਤੇ ਪਹਿਲਾਂ ਦੇਖਦੇ ਲਓ ਜਾ ਕੇ। ਜਦੋਂ ਉੱਥੇ ਚਾਦਰ ਚੁੱਕ ਕੇ ਦੇਖੀ ਸੀ ਤੇ ਕੁਝ ਵੀ ਨਹੀਂ, ਤਾਂ ਫਿਰ ਅੱਧੀ ਉਹਨਾਂ ਨੇ ਲੈ ਲਈ, ਅੱਧੀ ਉਹਨਾਂ ਨੂੰ ਦੇ ਦਿੱਤੀ, ਉਹਨਾਂ ਨੇ ਡੇਰਾ ਬਣਾ ਲਿਆ, ਇਹਨਾਂ ਨੇ ਫਿਰ ਜਗ੍ਹਾ ਬਣਾ ਲਈ ਮੁਸਲਮਾਨਾਂ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਦੇ ਪਵਿੱਤਰ ਜੀਵਨ ਦੇ ਵਿੱਚ ਵੀ ਬਚਨ ਆਉਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ
जो सचखंड श्री हजूर साहब अपना शरीर छड़दे तां महाराज ने चंदन की चिखा तैयार करवाई ते कनात लाई अमृत वेले ब्रह्म मुहूर्त दे विच जदों चंदन की चिखा नूं अग लाई तां हुकम सी भी अंदर नहीं आना किसे च बड़ी हैरान कर देने वाली घटना है कि घोड़े दे सवार सन अपने घोड़े दे सवार पूरे सनत बद जिदा तैयार होंदे सी रोज पर जदों चिखा खोली गई भावे नहीं सी हुकम खोलण दा पर विचों कुछ भी ना निकले। हुण पहली गल ते सिद्ध करो कि घोड़े सिरे कौन संस्कार करवाउंदा है। घोड़ा तो जीव जंतु ही है ना, भावें कि पवित्र है सेवा में है, फर्क तो है। आप कहने पाप पुन कुछ नहीं होता, एक जमीन आ लंगर चलता पिया वा, एक जमीन के पैसे इदा दे भी वो ठेका चलता पिया वा। तो जे कह दे कोई भी यार आ जमीन करमा वाली है, किसी ने कहना भी जमीन च कि जान करमाली कि इस तरह करमाली। एक जगह एक जमीन है जिथे गुरु घर है मनगी होती है, एक जगह है माड़ी है जिथे वो संगत होती है दोवें थां। ऐवें नहीं कह देंदे भी ये धरती भागा वाली है, जिवें हरिमंदर साहब की उस्तत की है डिठे सभे थाव नहीं तुद जेहा। मतो पुरख बधाते तां तू सोहिया। हुण जे कोई बंदा अपने पिंड बनावे गुरद्वारा उत्ते लिखदे धन बाबा फतेह सिंह जी, धन बाबा जुझार सिंह जी, धन बाबा जोरावर सिंह जी, धन बाबा फतेह सिंह जी। ते गुरु ग्रंथ साहिब महाराज भी विच प्रकाश है। ते कल उठ के कह दवे भी फतेहगढ़ साहब मत्था टेकन जाण दी लोड़ नहीं है, वो फतेहगढ़ साहब इत्थे ही है। पिंड दी संगत ते चले जाऊगी उस गुरुद्वारे, पर विश्व दी संगत नहीं आऊगी। विश्व की संगत उत्थे आऊगी जिथे उन्हें कुरबानी की, भावें कि गुरु उत्थे एक ही है, गुरु ग्रंथ साहिब उत्थे भी है तो उत्थे भी है, पर थां दा फर्क, धरती का फर्क। इदां जिहड़े जीव जंतु धरती गुरु की सेवा में आ जाते ने वह भी भागा वाले मने जाते हैं। जिवें कबीर साहब कहते ना कि माड़े बंदे की मां नालों सारा की कुत्ती चंगी है। हुण इहदी की व्याख्या करोगे साइंटिफिक तरीके दे नाल? कबीर बैस नूं की कूकर भली तां पहली गल ते इह आ वी कोई घोड़े सिणे संस्कार करवाउंदा है, इहनूं किदां सिद्ध करोगे? ते सारे इतिहास कहिंदे ने घोड़े ते सिणे कनात दे विच गए, पर जो चिखा भोली चलो घोड़े दे अस्थि निकलते ना महाराज ते। एक श्री साहब छोटी जिहड़ी महाराज की है वह कहिंदे विचों निकली, जिहदे दर्शन अज भी तक श्री हजूर साहब कराए जाते। बाकी शस्त्र जिहड़े ने ਉਹਦਾ ਖਾਲਸੇ ਦੇ ਨੇ, ਕੁਝ ਵਿੱਚੋਂ ਸ਼ਹੀਦਾਂ ਦੇ ਨੇ, ਮਹਾਂਪੁਰਸ਼ਾਂ ਦੇ ਨੇ, ਅਕਾਲੀ ਫੂਲਾ ਸਿੰਘ ਜੀ ਨੇ, ਹੋਰ ਸ਼ਹੀਦ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ, ਬਾਕੀ 18ਵੀਂ ਸਦੀ ਵਾਲੇ ਸਿੱਖਾਂ ਦੇ ਨੇ, ਸਾਰੇ 10ਵੇਂ ਪਾਤਸ਼ਾਹ ਦੇ ਥੋੜ੍ਹੀ ਹੈ। ਉਸੇ ਦਿਨ ਜਿੱਦਣ ਮਹਾਰਾਜ ਬ੍ਰਹਮ ਮੁਹੂਰਤ ਦੇ ਵਿੱਚ ਚਿਖਾ ਨੂੰ ਅੱਗ ਲੱਗਦੀ ਹੈ, ਕਹਿੰਦੇ ਵੀ ਮਹਾਰਾਜ ਦਾ ਸੰਸਕਾਰ ਜੋਤੀ ਜੋਤ ਸਮਾ ਗਏ ਨੇ,
ਉਸੇ ਦਿਨ ਜੰਗਲ ਦੇ ਵਿੱਚ ਘੋੜੇ ਤੇ ਚੜ੍ਹੇ ਇੱਕ ਲੱਕੜਾਰੇ ਨੂੰ ਮਿਲਦੇ ਨੇ ਤੇ ਉਹਦੇ ਨੰਬਰ 2 ਉਸੇ ਦਿਨ ਦੁਪਹਿਰੇ ਇੱਕ ਸਾਧੂ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਕਿ ਖਾਲਸੇ ਨੂੰ ਕਹੋ ਅਸੀਂ ਹਾਜ਼ਰ ਨਾਜ਼ਰ ਹਾਂ, ਵਿਰਾਗ ਨਾ ਕਰੋ। ਉਸੇ ਹੀ ਮੇਰੇ ਖਿਆਲ ਨਾਲ ਰਾਤ ਨੂੰ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਕਿਲੇ ਚੋਂ ਰਿਹਾ ਕਰਦੇ। ਤਾਂ ਜਿਵੇਂ ਸਾਡੇ ਬਾਹਰਲੇ ਸਰੀਰ ਖਤਮ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ, ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਅਵਤਾਰਾਂ ਦੇ ਜਾਂ ਵਾਹਿਗੁਰੂ ਦਾ ਸਰੀਰ ਇੱਦਾਂ ਦਾ ਨਹੀਂ ਹੁੰਦਾ ਵੀ ਜਿਹੜਾ ਮਿੱਟੀ ਹੋ ਜਾਂਦਾ। ਤਾਂ ਮਹਾਰਾਜ ਜੀ ਕੀ ਕਹਿੰਦੇ 10ਵੇਂ ਪਾਤਸ਼ਾਹ ਕਿ ਆਪ ਜੀ ਹੇ ਵਾਹਿਗੁਰੂ ਪਰਮੇਸ਼ਰ ਜੀ, ਪੰਜਾਂ ਤੱਤਾਂ ਵਾਲੀ ਦੇਹੀ ਤੋਂ ਅਭੂਤੇ ਰਹਿ ਦੋ, ਤੱਤਾਂ ਵਾਲੇ ਸਰੀਰ ਤੋਂ ਰਹਿ ਦੋ, ਜਾਂ ਤੁਸੀਂ ਅਸਚਰਜ ਰੂਪ ਜਿਹੜਾ ਕਥਨ ਦੇ ਵਿੱਚ ਨਹੀਂ ਆਉਂਦਾ, ਕਹਿਣ ਦੇ ਵਿੱਚ ਨਹੀਂ ਆਉਂਦਾ, ਨਮਸਤੰਗ ਅਭੂਤੇ, ਐਸੇ ਸਰੀਰ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰਗ ਅਜੂਪੇ ਜੂਪ ਕਹਿੰਦੇ ਨੇ ਦਿਊਤ ਨੂੰ, ਸੰਗਿਆ ਮੈਨੇ ਜੂਆ, ਭਾਵ ਅਰਥ ਮੈਨੇ ਧੋਖਾ, ਜੂਆ ਖੇਡਣਾ ਤੇ ਜੂਏ ਚ ਕੀ ਹੁੰਦਾ ਛਾਲ ਕੰਮ, ਧੋਖਾ ਭਾਵ ਅਰਥ ਹੋ ਗਿਆ ਧੋਖਾ। ਵਾਹਿਗੁਰੂ ਪਰਮੇਸ਼ਰ ਧੋਖੇ ਨਾਲ, ਛਲ ਕਪਟ ਨਾਲ, ਚਤਰਾਈਆਂ ਨਾਲ, ਚਲਾਕੀਆਂ ਨਾਲ ਵਸ ਵਿੱਚ ਆਉਣ ਵਾਲਾ ਨਹੀਂ। ਅਜੂਬ ਧੋਖੇ ਤੋਂ, ਛਲ ਤੋਂ, ਕਪਟ ਤੋਂ ਰਹਿਤ ਹੈ। ਆਪਾਂ ਕੀ ਪੜ੍ਹਦੇ, ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾ ਕਰ, ਚਤੁਰਾਈ ਨਾ ਚਤੁਰਭੁਜ। ਤਾਂ ਅਜੂਬ ਕਹਿ ਦਿੰਦੇ ਹਨ ਐਸੇ ਵਾਹਿਗੁਰੂ ਨੂੰ ਨਮਸਕਾਰ ਹੈ ਮੇਰੀ। ਦੂਸਰਾ ਜੂਪੇ ਤੋਂ ਭਾਵ ਜੁੜਨਾ, ਜਿਵੇਂ ਕਿਸੇ ਪਸ਼ੂ ਨੂੰ ਆਪਾਂ ਜੋੜ ਲੈਂਦੇ ਨਾ ਖੇਤੀ ਚ, ਵਾਹੀ ਚ ਹਲ, ਉਹਦਾ ਭਾਵ ਅਰਥ ਅੱਗੇ ਕੀ ਹੋਇਆ ਜੁੜਨਾ ਮੈਨੇ ਬੰਧਨ। ਤਾਂ ਦੂਸਰਾ ਅਰਥ ਕੀ ਕਰਦੇ ਨੇ ਮਹਾਤਮਾ, ਬੰਧਨ। ਹੇ ਵਾਹਿਗੁਰੂ ਜੀ, ਤੂੰ ਬੰਧਨ ਦੇ ਵਿੱਚ ਨਹੀਂ ਆਉਂਦਾ, ਤੈਨੂੰ ਮੇਰੀ ਨਮਸਕਾਰ ਹੈ। ਆਪ ਤਾਂ ਬੰਧਨ ਕੱਟਣ ਵਾਲੇ ਹੋ, ਆਪ ਤਾਂ ਬੰਧਨਾਂ ਤੋਂ ਮੁਕਤ ਕਰਨ ਵਾਲੇ। ਇਹ ਸ਼ਬਦ ਨੂੰ ਆਪਾਂ ਹੋਰ ਬਰੀਕੀ ਦੇ ਨਾਲ ਕਰੀਏ ਤਾਂ ਕੀ ਨਿਕਲਿਆ, ਅਜੂਪੇ ਚੋ ਅੱਜ ਜਮਾਂ ਉਪੇ, ਅੱਜ ਕੀ ਹੋ ਗਏ ਅਜਨਮਾ, ਅਜਨਮਾ ਕੀ ਹੋ ਗਿਆ ਭਗਵਾਨ ਬ੍ਰਹਮਾ ਜੀ, ਅੱਜ ਉਪੇ ਮੈਨੇ ਉੱਪਰ, ਜਿਹੜਾ ਨਿਰਗੁਣ ਸਰੂਪ ਬ੍ਰਹਮ ਹੈ ਉਹ ਸਭ ਤੋਂ ਉੱਪਰ ਹੈ। ਇਹਦੀ ਗਵਾਹੀ ਜਪਜੀ ਸਾਹਿਬ ਚ ਭਾਈ ਮਹਾਰਾਜ ਨੇ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਜ਼ਰ ਨਾਲ, ਉਹਨਾਂ ਦੀ ਨਜ਼ਰ ਚ ਨਹੀਂ ਆਉਂਦਾ, ਉਹਨਾਂ ਤੋਂ ਉੱਚਾ ਹੈ। ਤਾਂ ਉਹ ਕੀ ਹੈ, ਨਮਸਤੰਗ ਅੱਜ ਉਪੇ, ਕੀ ਬਣ ਗਿਆ ਦੋਵੇਂ ਜੋੜ ਕੇ ਅਜੂਬੇ, ਜਿਹੜਾ ਵਾਹਿਗੁਰੂ ਪਰਮੇਸ਼ਰ ਦੇਵੀ ਦੇਵਤਿਆਂ ਤੋਂ, ਪਵਿੱਤਰ ਰੂਹਾਂ ਤੋਂ, ਫਰਿਸ਼ਤਿਆਂ ਤੋਂ ਵੀ ਉੱਚਾ, ਬ੍ਰਹਮ ਈਸ਼ ਕੋਟੀ ਤੋਂ ਵੀ ਉੱਚਾ ਹੈ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਿਰਕਰਮੇ ਕਰਮਾਂ ਤੋਂ ਰਹਿਤ, ਕਿਹੜੇ ਕਰਮ, ਯਾਕਾਦਕ ਕਰਮ, ਵਰਤਾਦਕ ਕਰਮ, ਇਹਨਾਂ ਕਰਕੇ ਉਹਦੀ ਪ੍ਰਾਪਤੀ ਨਹੀਂ। ਪ੍ਰਾਪਤੀ ਕਿੱਦਾਂ ਹੈ, ਪ੍ਰੇਮਾ ਭਾਵ ਦੇ ਨਾਲ, ਜਿਵੇਂ ਸ੍ਰੀ ਅਕਾਲ ਸੱਚੀ ਸ਼ਹਿਰ ਬਚਨ ਆਉਂਦਾ ਹੈ, ਬਿਨ ਭਗਤ ਸੰਗਤ ਨਹੀਂ ਪਰਤ ਪਾਰ। ਸ੍ਰੀ ਅਕਾਲ ਸੱਚ ਮਹਾਰਾਜ ਕੀ ਕਹਿੰਦੇ, ਬਿਨ ਭਗਤ ਸੰਗਤ ਨਹੀਂ ਪਰਤ ਪਾਰ, ਪਾਰ ਮੈਨੇ ਹੱਥ,
भगती की बरकत तो बिना वह हाथ च नहीं आता, भावना तो बिना वह मिलता नहीं, प्रेम तो बिना वो प्राप्ति नहीं। भावें तुम बड़े यतन कर लो, बहु करत होम और जगदान, अगे की कहते ने बिन एक नाम एक चित लीन फोक तो सर्व कर धर्मा बहीन। यही गल हम गुरु ग्रंथ साहब च लिखी है, ना तू आवै वस बहुत घिणावड़े, ना तू आवै वस वेद पढ़ावड़े। कई जिन्हों ने भगती सेवा सिमरन रद्द करना होता ना, वह पता की कहे, ज्ञान का बंधा बंद रहे। इतने की कह ना तू आवे बस वेद पढ़ावने, ते जिन्हें पाठ ना करना हो, सेवा ना करनी हो, पढ़ के दो चार किताबा गुरु ग्रंथ साहब के पढ़ के अर्थ कहूगा, ज्ञान का बंधा बंद रहे। ਕਿਹੜਾ ਗਿਆਨ? ਹੁਣ ਡਾਕਟਰ ਦੀ ਪੜ੍ਹਾਈ ਕਿੱਡੀ ਉੱਚੀ ਹੈ, ਡਾਕਟਰ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ, ਦੁੱਖ ਵਟਾਉਂਦਾ ਦਰਦ ਵਟਾਉਂਦਾ, ਪਰ ਮਨ ਤੇ ਉਹਦਾ ਵੀ ਨਾ ਬੱਝਾ। ਇੱਡੀ ਵੱਡੀ ਪੜ੍ਹਾਈ ਕਰਕੇ ਛੇਲੀ ਲਾਈ ਜਾਂਦੇ ਆ, ਜਲਾਦ ਹੀ ਬਣੇ ਆ, ਪੈਸੇ ਖਾਈ ਜਾਂਦੇ, ਅੰਗ ਵੇਚੀ ਜਾਂਦੇ ਕੱਢ ਕੱਢ ਕੇ। ਕਿੱਧਰ ਗਿਆ ਗਿਆਨ ਇਹਨਾਂ ਦਾ? ਇਹਨਾਂ ਦਾ ਤੇ ਮਨ ਬੱਝਾ ਨਹੀਂ, ਇੰਨਾ ਪੜ੍ਹ ਕੇ ਗਿਆਨ ਦਾ ਵਧਾ ਮੰਨ ਰਹੇ। ਹੁਣ ਕਿੱਡੇ ਕਿੱਡੇ ਆਫਿਸਰ ਬੰਦੇ ਨੇ, ਕਿੱਡੀ ਕਿੱਡੀ ਉਹਨਾਂ ਦੀ ਪਦਵੀ ਹੈ, ਕਿੰਨੇ ਕਿੰਨੇ ਪੜ੍ਹੇ ਨੇ, ਤੇ ਫਿਰ ਵੀ ਰਿਸ਼ਵਤ ਲੈਣ ਚ ਜਿਹੜਾ ਸਵਾਲ ਆਉਂਦਾ, ਕਿਤੇ ਤਨਖਾਹ ਚ ਆਈ ਨਹੀਂ ਹੈ, ਤੇ ਫਿਰ ਇਹਨਾਂ ਦਾ ਮਨ ਕਿਉਂ ਨਹੀਂ ਬੱਝਾ? ਗਿਆਨ ਦਾ ਮਤਲਬ ਬੰਦ ਰਹੇ। ਤਾਂ ਇੱਥੇ ਗਿਆਨ ਦਾ ਮਤਲਬ ਕੀ ਹੈ? ਵੀ ਜਿਹੜੀ ਗੁਰੂ ਦੀ ਸਿੱਖਿਆ, ਉਸ ਗਿਆਨ ਉੱਤੇ ਚੱਲਣਾ ਪੈਂਦਾ, ਉਸ ਸਿੱਖਿਆ ਤੇ। ਕੱਲਾ ਪੜ੍ਹ ਕੇ ਨਹੀਂ, ਵੀ ਪੜ੍ਹ ਕੇ ਸ਼ਾਇਦ ਮਨ ਮੱਝਾ ਰਹਿੰਦਾ। ਹੁਣ ਉਦਾਹਰਣ ਦੇ ਤੌਰ ਤੇ ਜੇ ਕਿਸੇ ਗੁਰਮੁਖ ਪਿਆਰੇ ਨੇ, ਗਿਆਨੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਕਰ ਲਈ, ਫਿਰ ਉਹਦਾ ਮਨ ਬੱਝ ਗਿਆ? ਮਨ ਤੇ ਤਾਂ ਬੱਝੂਗਾ ਜਿਹੜੀ ਕਥਾ ਕੀਤੀ ਉਹਦੇ ਵਿੱਚ ਕੀ ਦੱਸਿਆ ਵਾ, ਵੀ ਸੇਵਾ ਵੀ ਕਰਨੀ ਆ, ਸਿਮਰਨ ਵੀ ਕਰਨਾ, ਸੇਵਾ ਸਿਮਰਨ ਕਰੂਗਾ ਤੇ ਮਨ ਬੱਝੂਗਾ ਇਸ ਗਿਆਨ ਦੇ ਨਾਲ, ਕੱਲਾ ਪੜ੍ਹਿਆ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹ ਗਿਆਨ ਕਿਸੇ ਨੂੰ ਪਹੁੰਚਾਉਂਦਾ ਨਹੀਂ ਹੁੰਦਾ ਹੈ, ਪੂਛਤ ਪਥਕ ਤੇ ਮਾਰਗ ਦਾ ਧਾਰੇ ਪੱਗ। ਗਿਆਨ ਹੈਗਾ ਪਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਮ ਜਾਈਏ, ਪੂਛਤ ਹੈ ਵੈਦ ਨਾ ਖਾਤ ਔਖਤ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ। ਵੈਦ ਨੂੰ ਪੁੱਛਦਾ ਬਿਮਾਰੀ ਕਿੱਦਾਂ ਠੀਕ ਹੋਵੇ, ਉਹਨੇ ਦਵਾਈ ਦੇ ਦਿੱਤੀ, ਦਵਾਈ ਵਰਤੀ ਨਹੀਂ, ਤੇ ਜੇ ਦਵਾਈ ਨੂੰ ਮੈਂ ਸਿਰਾਣੇ ਰੱਖ ਲਾ ਵੀ ਸ਼ਾਇਦ ਅਸਰ ਹੋ ਜਾਏ, ਸਿਰਾਣੇ ਪਈ ਦਾ ਹੀ। ਇੱਦਾਂ ਹੀ ਜੇ ਗੁੜ ਕੇ ਸਾਹ ਪੋਥੀਆਂ ਮੈਂ ਸਿਰ ਵਾਲੇ ਬੰਨੇ ਉੱਚੇ ਥਾਂ ਤੇ ਸਰਕਾਰ ਨਾਲ ਰੱਖ ਕੇ ਪਿਆ ਕਰਾਂ ਵੀ ਸ਼ਾਇਦ ਉੱਤੋਂ ਅਸਰ ਉੱਤਰ ਕੇ ਮੇਰੇ ਉੱਤੇ ਆ ਹੀ ਜਾਵੇ। ਉਹ ਦਵਾਈ ਨੂੰ ਮੈਂ ਸਿਰਾਣੇ ਰੱਖ ਲਾਂ, ਦਵਾਈ ਨੂੰ ਮੈਂ ਜੇਬ ਚ ਪਾ ਲਾਂ, ਤੇ ਫਿਰ ਜਿੰਨਾ ਚਿਰ ਉਹ ਅੰਦਰ ਨਹੀਂ ਜਾਂਦੀ ਉਹਦਾ ਅਸਰ ਨਹੀਂ। ਜੇ ਅੰਦਰ ਵੀ ਚਲੇਗੀ ਤੇ ਪਰਹੇਜ ਨਹੀਂ ਤਾਂ ਵੀ ਅਸਰ ਨੇ। ਜੇ ਨਾਮ ਜਪਣ ਵੀ ਲਾਪੇ, ਸੇਵਾ ਕਰਨ ਵੀ ਲਾਪੇ ਤੇ ਨਾਲ ਪਰਹੇਜ ਨਾ ਰੱਖਿਆ, ਰਹਿਤ ਨਾ ਰੱਖੀ ਤਾਂ ਵੀ ਅਸਰ ਨੇ। ਕੱਲਾ ਗਿਆਨ ਨਹੀਂ ਕਿਸੇ ਨੂੰ ਬੰਨੇ ਲਾਉਂਦਾ, ਜੇ ਲਾਉਂਦਾ ਹੁੰਦਾ ਤਾਂ ਫਿਰ ਏਡੇ ਵੱਡੇ ਵੱਡੇ ਪੜ੍ਹੇ ਲਿਖੇ ਇਨਸਾਨ ਕਿਉਂ ਦੁਖੀ ਰਹਿੰਦੇ? ਤਾਂ ਗਿਆਨ ਦੇ ਵਿੱਚ ਕੀ ਹੈ? ਸੇਵਾ ਤੇ ਸਿਮਰਨ ਭਗਤੀ, ਉਹ ਵੀ ਕਰਨੀ ਪੈਂਦੀ ਹੈ। ਤਾਂ ਮਹਾਰਾਜ ਕਹਿੰਦੇ, ਨਾ ਤੂੰ ਆਵੈ ਵਸ ਬਹੁਤ ਘਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਏ, ਨਾ ਤੂੰ ਆਵੈ ਵਸ ਧਰਤੀ ਧਾਈਏ, ਤੇ ਨਿਚੋੜ ਕੀ ਹੈ ਅਖੀਰ ਤੇ ਜਾ ਕੇ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਭਗਤ ਮੈਨੇ ਭਾਵਨਾ ਵਾਲਾ, ਪ੍ਰੇਮ ਵਾਲਾ। ਤਾਂ ਮਹਾਰਾਜ ਕੀ ਕਹਿੰਦੇ ਨੇ, ਨਮਸਤੰ ਨਿਰਕਰਮੇ
कर्म या कारक होमे दे सहज जेडे कर्म ने इना तो आप जी निर्रहत हो आप प्रेम भावना वसते आते हो ऐसे स्वरूप महाराज कहते मेरी नमस्कार है। इसे तरह नमस्तं निर्भरमे निर मैंने रहत भरम मैंने पौना आना जाना भाव अर्थ की आना जाना ये वाहगुरु परमेश्वर जी आप जमण वर्त तो रहत भरम मैंने भटकना भाव अर्थ मैंने अंदर सड़ता रहना कल्पना दे करके साड़े करके ईरखा करके द्वेष करके एहो जिहा तो ऐसी भटकना तो आप जी निर रहत हो ऐसे स्वरूप नमस्कार है शांत स्वरूप हो ते मुख अर्थ महापुरुष की करते ने नमस्तम निर्भरमे भरम पांच प्रकार का मनिया है भरम मैंने भुलेखा पहला भरम सी भटकना भाव अर्थ आना जाना दूजा भरम का अर्थ करते ने कल्पना दे विच जीवना तीसरा भरम का वैसे मुख अर्थ भरम का की है भुलेखा ते धार्मिक ग्रंथां दे विच पांच प्रकार का भरम मनिया शायद श्री अध्यात्म प्रकाश का श्लोक है भेद भरम करकृत भरम पुन संग भरम विकार ब्रह्म इतर जग सत है पांचों भरम संसार जिहड़ा सानू एक भुलेखा पिया होया भुलेखे ते बड़े आ साढ़े कड़क दा रब एक दिन सारे पर मुख भुलेखा की है वो की है भेद भरम करतृत भरम संग भरम विकार भरम यह ब्रह्म इतर जग सात भरम यह पांच प्रकार के भरम ने पहला भेद भरम आत्मा विच ते परमात्मा दे विच फर्क मनना ये भी अगे पांच भेद ने ते इनू सौखा जिहा महाराज ने श्री गुरु ग्रंथ साहब ने बड़ा सौखा जिहा ही निचोड़ करता है भी एवें भुलेखा ना रखो हर जगह रामी है एक अनेक व्यापक पूर्ण जा देखो तत् सोई माया चित्र विचित्र विमोहन बिरला गुजे कोई ये किता निकलता है सब गोविंद है सब गोविंद गोविंद बिन नहीं कोई भेद भरम नूं महाराज ने बड़ा सौखा जिहा समझाया हर जगह वाहिगुरु नूं वेखो ये खत्म हो जाता है। दूसरा करतृत भरम जिवें उदाहरण के तौर पर भी सारे अंदर ते रब की जोत है ते जोत ते गलती करती गई जोत पापी च भी है जोत पुनी च भी है सब है जोत आपां पढ़ते हैं जोत है सोए जोत हरेक जी है पर पाठ करन तो बाद कड़ा प्रसाद की देव बनाउन तो बाद जो अरदास करते हैं तो जिहड़ा हाथ जोड़ के कहिंदा महाराज जे बाणी वध घट पढ़ी पढ़ी होवे ते माफ करियो देव मर्यादा ना बनी ना होवे ता माफ करियो ओ कौन आ फिर जोत ते गलती करदी नहीं साढ़े शरीर च एक ते रब दी होगी जोत औखा जिहा विशा है समझण समझाउण दा यतन करदे गुरु महाराज कृपा करद एक ते होगी रब दी जोत ओह ते गलती करदी नहीं ओह ते हरेक च ही है पापी च भी है पुनी च भी है जीव जंतुआं च भी एक जिहड़ा गलती करता है जिहड़ा दुख सुख भोगता है जिहड़ा जमदा मरदा है खुशी गमी जिहनूं हुंदी ओह कौन आ शरीर च जिहड़ा पाठ करन तों बाद कहिंदा भुल चुक दी माफी दिओ
ਤਾਂ ਉਹ ਕੀ ਆ ਬੰਦੇ ਦੀ ਹੋਮ ਹੈ। ਹੋਮ ਕਹਿ ਲਓ, ਮਨ ਕਹਿ ਲਓ, ਬੁੱਧੀ ਕਹਿ ਲਓ, ਜੀਵ ਆਤਮਾ ਕਹਿ ਲਓ, ਰੂਹ ਕਹਿ ਲਓ, ਜਿਵੇਂ ਸਤਿਗੁਰੂ ਜੀ ਕਹਿੰਦੇ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ, ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ। ਇੱਕ ਦਰਖਤ ਹੈ, ਇਹ ਜਿਹੜਾ ਦੋਏ ਸ਼ਬਦ ਹੈ ਇਹ ਦੇਹਲੀ ਦੀਪਕ ਫਲ ਦੇ ਨਾਲ ਵੀ ਲੱਗਦਾ ਤੇ ਪੰਖੀਆਂ ਨਾਲ, ਕਿਉਂ ਫਲ ਦੋ ਹੀ ਹੁੰਦੇ ਆ, ਦੁੱਖ ਸੁੱਖ, ਖੁਸ਼ੀ ਗਮੀ, ਆਉਣਾ ਜਾਣਾ, ਜੰਮਣਾ ਮਰਨਾ, ਸਰਦੀ ਗਰਮੀ, ਰਾਤ ਦਿਨ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹ, ਇੱਕ ਦਰਖਤ ਤੇ ਦੋ ਪੰਛੀ ਬੈਠੇ ਨੇ, ਇੱਕ ਆਉਂਦਾ ਜਾਂਦਾ ਹੈ ਦੁੱਖ ਸੁੱਖ ਭੋਗਦਾ, ਖੁਸ਼ੀ ਗਮੀ ਬਹੁ ਰੰਗੀ ਰਸ ਭੋਗਿਆ, ਦੂਸਰਾ ਕੀ ਆ ਸ਼ਬਦ ਰਹੇ ਨਿਰਵਾਣ, ਜਿਹੜਾ ਸ਼ਬਦ ਹੈ ਕੁਟਸਥ ਹੈ, ਪਰਮਾਤਮਾ ਹੈ, ਜੋਤ ਹੈ। ਤਾਂ ਸਾਡੇ ਸਰੀਰ 'ਚ ਦੋ ਚੀਜ਼ਾਂ ਨੇ, ਇੱਕ ਤੇ ਰੱਬ ਦੀ ਜੋਤ ਹੈ ਜਾਂ ਪਰਮਾਤਮਾ ਕਹਿ ਲਓ, ਜੋਤ ਕਹਿ ਲਓ ਉਹਦੀ, ਤੇ ਦੂਜੀ ਹੈ ਹਉਮੈ, ਜੀਵ ਆਤਮਾ ਅੰਤਕਰਨ ਦੇ ਸਹਿਤ, ਮਨ ਦੇ ਸਹਿਤ, ਜਿਹੜੀ ਗਲਤੀ ਕਰਦੀ ਹੈ, ਜਿਹੜੀ ਸਜ਼ਾ ਭੋਗਦੀ ਹੈ। ਹੁਣ ਜੋਤ ਦੇ ਹਰਨਾਕਸ਼ ਵਿੱਚ ਵੀ ਸੀ ਪਰ ਸਜ਼ਾ ਕਿਹਨੂੰ ਮਿਲੀ? ਉਹ ਕੌਣ ਸੀ ਉਹਦੇ ਸਰੀਰ 'ਚ ਜਿਹੜਾ ਮਾੜਾ ਕਰਦਾ, ਗਲਤ ਕਰਦਾ? ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਇੱਕ ਸ਼ਕਤੀ ਰੂਪ ਵੀ ਹੈ। ਬਲ ਰੂਪ ਵੀ ਹੈ ਜਾਂ ਸੌਖਾ ਜਿਹਾ ਕਿਹਾ ਜਾਵੇ, ਵਾਹਿਗੁਰੂ ਕੀ ਹੈ? ਇੱਕ ਸ਼ਕਤੀ, ਇੱਕ ਬਲ, ਇੱਕ ਤਾਕਤ। ਜਿਵੇਂ ਵੇਦਾਂ ਵਿੱਚ ਲਿਖਿਆ ਨਾ ਵੀ ਆਤਮਾ ਸਤਿਕਾਮ ਹੈ, ਸਤ ਸੰਕਲਪ ਹੈ। ਵੇਦਾਂ ਦੇ ਵਿੱਚ ਕੀ ਲਿਖਿਆ ਵਾ ਵੀ ਜਿਹੜੀ ਰੂਹ ਆ, ਆਤਮਾ ਵਾ, ਇਹ ਸਤਿਕਾਮ ਤੇ ਸਤ ਸੰਕਲਪ ਆ, ਇਹ ਜੋ ਸੋਚ ਲਏ ਨਾ ਉਹ ਕਰ ਸਕਦੀ ਹੈ। ਬੰਦਾ ਜੋ ਸੋਚ ਲਏ ਉਹ ਕਰ ਸਕਦਾ ਹੈ। ਏਡੀ ਵੱਡੀ ਸ਼ਕਤੀ ਇਹਦੇ ਚ ਰੱਖੀ ਹੈ, ਤੇ ਉਹ ਜਿਹੜੀ ਸ਼ਕਤੀ ਹੈ, ਬਲ ਰੂਪ ਹੈ, ਉਹ ਕਹਿੰਦੇ ਪਰਮੇਸ਼ਰ ਹੈ, ਵਾਹਿਗੁਰੂ ਹੈ। ਆਪ ਅਖਾੜਾ ਪਾਇਦਾ ਪਿਆਰਾ, ਚੰਡੂਰ ਕੰਸ ਕੇਸ ਮਰਾਹਾ, ਬਲ ਰੂਪ ਵੀ ਉਹ ਆਪ ਹੀ ਹੈ। ਤੇਥੋਂ ਹੀ ਬਲ ਰਾਮ ਲੈ ਨਾਲ ਬਾਣਾ ਲਹਿ ਸਿਰਕਾਇਆ, ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸ ਹੀ ਪਕੜ ਕਰਾਇਆ। ਤਾਂ ਉਹਨਾਂ 'ਚ ਜਿਹੜਾ ਬਲ ਕੰਮ ਕਰਦਾ, ਰਾਮ ਚੰਦਰ 'ਚ ਜਿਹੜੀ ਸ਼ਕਤੀ ਕੰਮ ਕਰਦੀ ਹੈ, ਸ੍ਰੀ ਕ੍ਰਿਸ਼ਨ ਜੀ ਠਾਕੁਰ ਜੀ 'ਚ ਜਿਹੜੀ ਸ਼ਕਤੀ ਕੰਮ ਕਰਦੀ ਹੈ, ਉਹ ਬਲ ਰੂਪ, ਸ਼ਕਤੀ ਰੂਪ ਪਰਮਾਤਮਾ ਹੈ। ਤਾਂ ਬੰਦਾ ਜੋ ਚਾਹੇ ਕਰ ਸਕਦਾ। ਵੇਦ ਕੀ ਕਹਿੰਦੇ ਨੇ ਵੀ ਇਹ ਦ੍ਰਿੜ ਸੰਕਲਪ ਲਵੇ। ਵੇਦ ਤਾਂ ਇੱਥੋਂ ਤੱਕ ਕਹਿੰਦੇ ਨੂੰ 100 ਸਾਲ ਜੀਣ ਦੀ ਇੱਛਾ ਕਰਨੀ ਚਾਹੀਦੀ ਹੈ ਵੀ ਮਹਾਰਾਜ ਮੇਰੀ ਉਮਰ ਵਧਾਈ, ਤੇ ਇਕੱਲੀ ਉਮਰ ਨਾ ਵਧਾਈ, ਨਾਲ ਮੇਰੇ ਤੋਂ ਚੰਗੇ ਕੰਮ ਵੀ ਕਰਾਈ। ਮਰ ਕੇ ਤੇ ਕੋਈ ਵੀ ਨਹੀਂ ਰਾਜੀ, ਨਾਲ ਮੇਰੇ ਤੋਂ ਪਾਠ ਪੂਜਾ ਵੀ ਕਰਾਈ, ਇਹ ਵੀ ਲਿਖਿਆ। ਨਾਲ ਮੇਰੇ ਤੋਂ ਕਾਮ ਕ੍ਰੋਧ ਤੋਂ ਵੀ ਬਚਾਈ, ਸੇਵਾ ਸਿਵਰਤ ਚ ਬਤੀਤ ਕਰਾਈ। ਤਾਂ ਵਾਹਿਗੁਰੂ ਕੀ ਹੈ? ਇੱਕ ਬਲ ਹੈ, ਇੱਕ ਤਾਕਤ ਹੈ। ਜਿਵੇਂ ਆ ਬਿਜਲੀ ਆ, ਇਹ ਐਨਰਜੀ ਆ, ਇੱਕ ਤਾਕਤ ਆ। ਹੁਣ ਤੁਸੀਂ ਭਾਵੇਂ ਇਹ ਤੋਂ ਵਧੀਆ ਕੰਮ ਲੈ ਲਓ ਤੇ ਤੁਸੀਂ ਭਾਵੇਂ ਤੋਂ ਮਾੜਾ ਕੰਮ ਲੈ ਲਓ, ਸਾਰੇ ਸਰੀਰਾਂ 'ਚ ਸ਼ਕਤੀ ਬੈਠੀ। ਹੁਣ ਜੇ ਕੋਈ ਬਿਜਲੀ ਦੇ ਇੰਨਾ ਕੁ ਕੰਮ ਲਵੇ ਵੀ ਸਿਰਫ ਘੰਟੀ ਵਜਾਉਣੀ ਹੈ ਜਿਹੜੀ ਬਾਹਰ ਲੱਗੀ ਹੁੰਦੀ ਬਟਨ ਦੱਬ ਕੇ, ਇਹ ਤਾਂ ਕੋਈ ਏਡਾ ਸਵਾਦ ਵਾਲਾ ਕੰਮ ਨਹੀਂ ਤੂੰ ਬਿਜਲੀ ਤੋਂ ਲੈਂਦਾ ਬਈ। ਉਹ ਕੀ ਹੋ ਗਿਆ? ਸ਼ੁਧਰ ਕੰਮ, ਤੁਸ਼। ਤੇ ਦੂਸਰੇ ਬੰਦੇ ਉਹੀ ਬਿਜਲੀ ਵੱਡੀਆਂ ਵੱਡੀਆਂ ਮਸ਼ੀਨਾਂ ਚਲਾਉਂਦੀ ਹੈ, ਵੱਡੀਆਂ ਵੱਡੀਆਂ ਫੈਕਟਰੀਆਂ ਲੱਗੀਆਂ, ਲੋਕਾਂ ਦੇ ਉਪਯੋਗ ਵਾਸਤੇ, ਸਹੂਲਤ ਵਾਸਤੇ ਬੜੇ ਬੜੇ ਸਮਾਨ ਬਣਦੇ। ਕੰਮ ਉਹ ਵੀ ਹੈ, ਕੰਮ ਇਹ ਵੀ ਹੈ। ਇਸੇ ਤਰ੍ਹਾਂ ਜਿਹੜੇ ਮਹਾਤਮਾ ਨੇ ਉਹ ਵਾਹਿਗੁਰੂ ਰੂਪ ਬਲ
ਕੋਲੋਂ ਇਹ ਕੰਮ ਲੈਂਦੇ ਨੇ ਕਿ ਜੰਮਣ ਵਰਤੋਂ ਰਹਿਤ ਹੁੰਦੇ ਨੇ, ਸਭ ਤੋਂ ਵੱਡਾ ਕੰਮ ਉਹ ਲੈ ਜਾਂਦੇ। ਤੇ ਅਸੀਂ ਜਿਹੜੇ ਸੰਸਾਰੀ ਲੋਕ ਹੁੰਦੇ ਆ, ਸਾਡੀਆਂ ਜਿਹੜੀਆਂ ਇੱਛਾਵਾਂ ਤੁਛ ਦੀਆਂ ਹੁੰਦੀਆਂ, ਛੋਟੀਆਂ ਜਿਹੀਆਂ ਪਰ ਸਾਡੇ ਵਾਸਤੇ ਬੜੀਆਂ ਵੱਡੀਆਂ ਹੁੰਦੀਆਂ ਨੇ, ਉਹ ਹੀ ਲੈਂਦੇ ਰਹਿ ਜਾਂਦੇ ਆ ਤੇ ਇਹ ਸਰੀਰ ਖਤਮ ਹੋ ਜਾਂਦਾ ਹੈ। ਤਾਂ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ, ਗੁਰਬਾਣੀ ਕੀ ਕਹਿੰਦੀ ਹੈ ਵੀ ਬਾਲ ਰੂਪ ਵੀ ਪਰਮਾਤਮਾ ਹੀ, ਇਹ ਤੋਂ ਉੱਚਾ ਕੰਮ ਲੈਣਾ ਚਾਹੀਦਾ ਹੈ ਇਸ ਸਰੀਰ ਤੋਂ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨਕ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਪਰੀ ਆ, ਇਹ ਕੰਮ ਇਹ ਤੋਂ ਲੈ ਲੈਣਾ ਚਾਹੀਦਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸਕਤ ਭਜ ਕੇਵਲ ਨਾ। ਤਾਂ ਧਾਰਮਿਕ ਗ੍ਰੰਥਾਂ ਵਿੱਚ ਕੀ ਲਿਖਿਆ ਹੈ ਵੀ ਬੰਦਾ ਜਿਹੜਾ ਹੈ, ਆਤਮਾ ਜਿਹੜੀ ਹੈ, ਇਹ ਸੱਤ ਕਾਮ ਤੇ ਸੱਤ ਸੰਕਲਪ, ਇਹ ਦ੍ਰਿੜ ਸੰਕਲਪ ਕਰੇ ਤਾਂ ਇਹ ਕੁਝ ਪ੍ਰਾਪਤ ਕਰ ਸਕਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਰੇ ਐਵਰੀ ਨਾਂ ਦਾ ਅਥਲੀਟ ਹੋਇਆ, ਬੜਾ ਵੱਡਾ ਖਿਡਾਰੀ। ਉਹ ਜਦੋਂ ਛੋਟਾ ਸੀ ਤਾਂ ਬਹੁਤ ਕਮਜ਼ੋਰ ਸੀ ਤੇ ਕਮਜ਼ੋਰੀ ਕਰਕੇ ਫਿਰ ਉਹਨੂੰ ਪੋਲੀਏ ਦਾ ਸ਼ਿਕਾਰ ਹੋ ਗਿਆ। ਡਾਕਟਰਾਂ ਬੜਾ ਇਲਾਜ ਕੀਤਾ, ਫਿਰ ਡਾਕਟਰ ਸਿਆੜੇ ਸੀ, ਉਹਨਾਂ ਆਖਿਆ ਹੁਣ ਇਹਦਾ ਇਲਾਜ ਦਵਾਈ ਨਹੀਂ ਆ, ਇਹਦਾ ਇਲਾਜ ਇਹ ਆਪ ਹੀ ਆ, ਇਹ ਆਪਣੇ ਮਨ ਚ ਇੱਛਾ ਕਰੇ, ਸੰਕਲਪ ਕਰੇ, ਇਹਦੇ ਅੰਦਰ ਤੁਸੀਂ ਚੇਤਨਾ ਭਰੋ, ਜਾਗਰਤੀ ਭਰੋ, ਇਹਨੂੰ ਪਾਰਕ ਚ ਲੈ ਕੇ ਜਾਇਆ ਕਰੋ ਜਿੱਥੇ ਹੋਰ ਨਿਆਣੇ ਖੇਡਦੇ ਆ। ਹੁਣ ਉੱਥੇ ਲੈ ਕੇ ਜਾਂਦੇ ਤਾਂ ਉਹ ਦੇਖਦਾ ਵੀ ਇਹ ਸਾਰੇ ਭੱਜੇ ਫਿਰਦੇ, ਮੇਰੇ ਤੋਂ ਕਿਉਂ ਨਹੀਂ ਭੱਜਿਆ ਜਾਂਦਾ। ਤਾਂ ਉਹਦੇ ਅੰਦਰ ਫਿਰ ਇੱਕ ਸ਼ਕਤੀ ਜਾਗਰਤ ਹੋਈ, ਦੇਖ ਦੇਖ ਕੇ ਉਹਦੇ ਅੰਦਰ ਇੱਕ ਅੱਗ ਲੱਗਣੀ ਸ਼ੁਰੂ ਹੋਈ ਵੀ ਮੈਂ ਵੀ ਭੱਜਣਾ ਵਾ, ਮੈਂ ਵੀ ਖੇਡਣਾ। ਤੇ ਹੌਲੀ ਹੌਲੀ ਫਿਰ ਜਿਹੜਾ ਪੋਲੀਓ ਦਾ ਸ਼ਿਕਾਰ ਬੱਚਾ ਸੀ ਉਹ ਭੱਜਣ ਲੱਗ ਪਿਆ, ਦੌੜਨ ਲੱਗ ਪਿਆ, ਖੇਡਣ ਲੱਗ ਪਿਆ। ਇੰਨੀ ਦ੍ਰਿੜ ਇੱਛਾ ਸ਼ਕਤੀ, ਗੱਲ ਇੱਥੇ ਨਹੀਂ ਮੁੱਕਦੀ ਫਿਰ ਵੀ ਚਲੋ ਭੱਜਣ ਲੱਗ ਪਿਆ, ਦੌੜਨ ਲੱਗ ਪਿਆ। ਫਿਰ 16 ਜੁਲਾਈ ਨੂੰ ਓਲੰਪਿਕਸ ਹੋਏ ਨਾ ਜਦੋਂ, ਫਿਰ ਉਹਨੇ ਲੰਬੀ ਛਾਲ, ਉੱਚੀ ਛਾਲ ਤੇ ਤੇਰੀ ਛਾਲ ਚ ਸੋਨੇ ਦੇ ਮੈਡਲ ਹਾਸਲ ਕੀਤੇ ਸੀ ਰੇ ਐਵਰੀ ਨੇ, ਜਿਹਨੂੰ ਨਿੱਕੇ ਹੁੰਦੇ ਨੂੰ ਪੋਲੀਆ ਹੋ ਗਿਆ ਸੀ। ਤਾਂ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ, ਇਹ ਬੰਦਾ ਸੱਤ ਕਾਮ ਤੇ ਸੱਤ ਸੰਕਲਪ ਹੈ। ਤਾਂ ਵਾਹਿਗੁਰੂ ਕੀ ਹੈ, ਇੱਕ ਤਾਕਤ ਇੱਕ ਬਲ, ਆਪੇ ਹੀ ਬਲ ਪਾਏਦਾ ਪਿਆਰਾ। ਤਾਂ ਸਾਡੇ ਸਰੀਰ ਚ ਦੋ ਚੀਜ਼ਾਂ ਨੇ, ਇੱਕ ਤੇ ਹੈ ਪਰਮਾਤਮਾ ਜਿਹੜਾ ਗਲਤੀ ਕਰਦਾ ਹੀ ਨਹੀਂ, ਜੋਤ ਤੇ ਗਲਤੀ ਕਰਦੀ, ਜੋਤ ਤੇ ਹਰਦਾਸ਼ ਵਿੱਚ ਵੀ ਹੈ ਵੀ ਗਲਤੀ ਕਿਹਨੇ ਕੀਤੀ ਜਿਹਨੂੰ ਸਜ਼ਾ ਮਿਲੀ, ਤਾਂ ਉਹਨੂੰ ਜੀਵ ਆਤਮਾ ਕਹਿ ਦਿੰਦੇ ਨੇ। ਹੋਰ ਸੌਖੇ ਜੇ ਸ਼ਬਦਾਂ ਚ, ਮੋਟੇ ਜੇ ਸ਼ਬਦਾਂ ਚ ਕਹਿਣਾ ਹੋਵੇ ਤੇ ਅਸ਼ੁੱਧ ਹਉਮੈ ਹੈ, ਸ਼ੁੱਧ ਨਹੀਂ ਅਸ਼ੁੱਧ ਹਉਮੈ। ਇਸੇ ਤਰ੍ਹਾਂ ਜੋਤ ਪਾਪੀ ਚ ਵੀ ਹੈ, ਕੰਸ ਵਿੱਚ ਵੀ ਹੈ, ਪਰ ਵਾਲਾਂ ਤੋਂ ਪੜ ਕੇ ਕਿਉਂ ਧੋਇਆ ਗਿਆ, ਕਿ ਉਹਦੇ ਚ ਜੋਤ ਨਹੀਂ ਸੀ ਤੇ ਜੋਤ ਤੇ ਗਲਤੀ ਕਰਦੀ ਨਹੀਂ। ਗਲਤੀ ਕੌਣ ਕਰਦਾ ਸਰੀਰ ਚ ਜਿਹਨੂੰ ਸਜ਼ਾ ਮਿਲਦੀ, ਉਹਨੂੰ ਸੁਧਾਰਨਾ ਚਾਹੀਦਾ ਹੈ। ਤਾਂ ਮਹਾਰਾਜ ਕੀ ਕਹਿੰਦੇ ਨੇ ਵੀ ਜੋਤ ਤੇ ਹਰੇਕ ਜੀ ਹੈ, ਨਾਨਕ ਤਰਵਰ ਏਕ ਫਲ, ਦੋਏ ਪੰਖੇ ਨੂੰ ਬਾਹਰ, ਆਪਦ ਜਾਤ ਨਾ ਦੇਸੇ ਨਾ ਪਰ ਪੰਖੀ ਤਾਏ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਣ। ਤਾਂ ਦੂਸਰਾ ਭਰਮ ਕੀ ਹੈ, ਕਰਤ੍ਰਿਤ ਭਰਮ, ਦੇਖਦੀਆਂ ਅੱਖਾਂ ਨੇ, ਸੁਣਦੇ ਕੰਨ ਨੇ, ਸੋਚਦਾ ਸੰਕਲਪ ਵਿਕਲਪ ਮਨ ਕਰਦਾ ਹੈ, ਫੁਰਨੇ ਮਨ ਕਰਦਾ ਹੈ, ਤੇ ਬੰਦਾ ਆਪਦੇ ਚ ਹਉਮੈ ਲੈ ਆਉਂਦਾ ਹੈ ਵੀ ਸਭ ਕੁਝ ਮੈਂ ਕਰਦਾ, ਤੇ ਜਿਹੜਾ ਕਰਦਾ ਹੈ ਫਿਰ ਉਹਨੂੰ ਸਜ਼ਾ ਵੀ ਭੋਗਣੀ ਪੈਂਦੀ ਹੈ। ਜਮ ਲੱਗ ਜਾਂਦੇ ਹੋ ਕਿਛ ਕਰਤਾ, ਤਬ ਲੱਗ ਗਰਭ ਜੋਤ ਮੈਂ ਫਿਰਤਾ। ਤੇ ਜਦੋਂ ਸਰੀਰ ਦੇ ਮਨ ਦੇ ਧਰਮਾਂ ਤੋਂ, ਬੁੱਧੀ ਦੇ ਧਰਮਾਂ ਤੋਂ ਰਹਿਤ ਹੋ ਗਿਆ,
ਤਾਂ ਫਿਰ ਨਰਲੇਪ ਤਾਂ ਜਿਹੜੇ ਮਨ ਤੋਂ ਰਹਿਤ ਹੋ ਗਏ ਬੁੱਧੀ ਤੇ ਧਰਮਾਂ ਤੋਂ ਰਹਿਤ ਹੋ ਗਏ ਉਹ ਫਿਰ ਕਹਿੰਦੇ ਨੇ ਵੀ ਸਭ ਕੁਝ ਵਾਹਿਗੁਰੂ ਹੀ ਕਰਦਾ ਉੱਥੇ ਗਲਤੀ ਕੋਈ ਨਹੀਂ ਅੱਗੇ ਫਿਰ ਸੰਗ ਭਰਮ ਮੰਨਿਆ ਹੈ ਆਪਦੇ ਆਪ ਨੂੰ ਸਰੀਰ ਮੰਨਣਾ ਕਿ ਮੈਂ ਸਰੀਰ ਹਾਂ ਅੱਗੇ ਫਿਰ ਵਕਾਰ ਭਰਮ ਮੰਨਿਆ ਹੈ ਦੁੱਧ ਵਿਗੜ ਕੇ ਦਹੀਂ ਬਣਦਾ ਹੈ ਇਦਾਂ ਬ੍ਰਹਮ ਹੀ ਬਦਲ ਕੇ ਸੰਸਾਰ ਬਣ ਗਿਆ ਹੈ ਅੱਗੇ ਫਿਰ ਅਖੀਰ ਤੇ ਬ੍ਰਹਮ ਤੋਂ ਇਧਰ ਇਹ ਸੰਸਾਰ ਜਿਹੜਾ ਜਗਤ ਸਤ ਇਹਦੀ ਵੱਖਰੀ ਸੱਤਤਾ ਮੰਨੀ ਹੈ ਇਹ ਸੱਚਾ ਹੈ ਇਹਦੀ ਵੱਖਰੀ ਇੱਕ ਹੋਂਦ ਹੈ ਰੱਬ ਨਾਲੋਂ ਵੱਖਰੀ ਰੱਬ ਵੱਖਰਾ ਤੇ ਵੀ ਵੱਖਰਾ ਪਰ ਜਿਹੜੀ ਇਹਦੇ ਵਿੱਚ ਸੱਤਤਾ ਮਹਿਸੂਸ ਹੁੰਦੀ ਹੈ ਸੱਚਤਾ ਹੀ ਮਹਿਸੂਸ ਹੁੰਦੀ ਹੈ ਉਹ ਪਰਮਾਤਮਾ ਦੀ ਹੈ ਤਾਂ ਇਹ ਤਾਂ ਇਹ ਭਰਮ ਮੰਨੇ ਗਏ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਪਣ ਚ ਬਾਧਕ ਨੇ ਰੱਬ ਵਾਲੇ ਬੰਨੇ ਤੁਰ ਨਹੀਂ ਦਿੰਦੇ ਹਨ ਇਹਨਾਂ ਦਾ ਬੜਾ ਵੱਡਾ ਵਿਸਥਾਰ ਹੈ ਤੇ ਗੁਰਬਾਣੀ ਨੇ ਤੇ ਇੱਕ ਪੰਕਤੀ ਜੀ ਗੱਲ ਨਿਬੇੜੀ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਧਿਆ ਹੋਏ ਨਾ ਤੈਸਾ ਜਿਹੋ ਜਿਹਾ ਮੰਨਦੇ ਆ ਉਹੋ ਜਿਹਾ ਹੁੰਦਾ ਨਹੀਂ ਹੈ ਜਿਵੇਂ ਦੇਖਣ ਦੇ ਵਿੱਚ ਕੀ ਹੈ ਪਈ ਤੇ ਰੱਸੀ ਸੀ ਪਰ ਹਨੇਰੇ ਚ ਕੀ ਦਿਖਿਆ ਸਭ ਹੈ ਤਾਂ ਵਾਹਿਗੁਰੂ ਪਰਮੇਸ਼ਰ ਪਰ ਅਗਿਆਨਤਾ ਕਰਕੇ ਸੰਸਾਰ ਦੇਖਦਾ ਹੈ ਆਪਣਾ ਦੇਖਦਾ ਹੈ ਪਰਾਇਆ ਦੇਖਦਾ ਹੈ ਮਿੱਤਰ ਦੇਖਦੇ ਨੇ ਸੱਜਣ ਦੇਖਦੇ ਨੇ ਤਾਂ ਬ੍ਰਹਮ ਗਿਆਨੀਆਂ ਜਾਂਦਾ ਉਹਨਾਂ ਨੂੰ ਕੀ ਦੇਖਦਾ ਬ੍ਰਹਮ ਦੀਸ਼ ਬ੍ਰਹਮ ਸੁਣੀਐ ਏਕ ਏਕ ਵਖਾਣੀ ਗਏ ਆਤਮ ਪਸਾਰਾ ਕਰਨ ਹਾਰਾ ਬ੍ਰਹਮ ਬਿਨਾ ਨਹੀਂ ਜਾਣੀ ਤਾਂ ਗੁਰਬਾਣੀ ਨੇ ਇਹਦਾ ਇੱਕ ਹੀ ਸਾਧਨ ਦੱਸਿਆ ਵਾ ਵੀ ਹਰ ਜਗ੍ਹਾ ਪਰਮਾਤਮਾ ਦੇਖੋ ਸਾਰੇ ਭਰਮ ਆਪੇ ਖਤਮ ਹੋ ਜਾਂਦੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਜੀ ਜਿਵੇਂ ਅਸੀਂ ਜੀਵ ਭਰਮ ਦੇ ਵਿੱਚ ਫਸੇ ਹੋਏ ਹਾਂ ਆਪ ਦਾ ਸਰੂਪ ਭਰਮ ਤੋਂ ਰਹਿਤ ਹੈ ਐਸੇ ਸਰੂਪ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਦੇਸ਼ ਜਗ੍ਹਾ ਦੇਸ਼ ਕਰਕੇ ਵੀ ਵਾਹਿਗੁਰੂ ਦਾ ਅੰਤ ਨਹੀਂ ਕਾਲ ਕਰਕੇ ਵੀ ਅੰਤ ਨਹੀਂ ਏਦਾਂ ਨਹੀਂ ਹੁੰਦਾ ਵੀ ਇਸ ਦੇਸ਼ ਚ ਹੈ ਤੇ ਉਸ ਦੇਸ਼ ਚ ਨਹੀਂ ਜਿਵੇਂ ਜਿਹੜੇ ਹਿੰਦੁਸਤਾਨ ਚ ਪਾਠ ਪੂਜਾ ਬਹੁਤੀ ਹੁੰਦੀ ਕਰਕੇ ਭਾਰਤ ਵਰਸ਼ ਨੂੰ ਧਾਰਮਿਕ ਗ੍ਰੰਥਾਂ ਚ ਲਿਖਿਆ ਵੀ ਇੱਥੇ ਹੀ ਰੱਬ ਮਿਲਦਾ ਹੈ ਉੱਧਰ ਨਹੀਂ ਮਿਲਦਾ ਅਮੈਰੀਕਾ ਕਨੇਡਾ ਚ ਪਰ ਸਾਰੇ ਕਥਾਵਾਂ ਚ ਉੱਧਰ ਹੀ ਜਾਂਦੇ ਨਾਲੇ ਕਹਿੰਦੇ ਰੱਬ ਉੱਧਰ ਨਹੀਂ ਮਿਲਦਾ ਇੰਡੀਆ ਚ ਮਿਲਦਾ ਭਾਰਤ ਵਰਸ਼ ਚ ਮਿਲਦਾ ਤਾਂ ਇਹੋ ਜਿਹੀ ਗੱਲ ਨਹੀਂ ਹਾਂ ਜਿੱਥੇ ਸੇਵਾ ਸਿਮਰਨ ਸਤਸੰਗ ਹੁੰਦਾ ਉੱਥੇ ਛੇਤੀ ਮਿਲਦਾ ਹੈ ਇੰਨਾ ਫਰਕ ਸੰਗਤ ਕਾ ਗੁਣ ਬਹੁਤ ਅਧਿਕਾਈ ਪਰਸੂਆ ਗਰਗ ਉਹਦਾ ਤਾਂ ਦੇਸ਼ ਕਰਕੇ ਉਹਦਾ ਅੰਤ ਨਹੀਂ ਵੀ ਇਸ ਜਗ੍ਹਾ ਤੇ ਰੱਬ ਹੈ ਤੇ ਉਸ ਜਗ੍ਹਾ ਤੇ ਹੈ ਨਹੀਂ ਤੇ ਕਾਲ ਕਰਕੇ ਵੀ ਅੰਤ ਨਹੀਂ ਵੀ ਫਲਾਨੇ ਟਾਈਮ ਰੱਬ ਹੁੰਦਾ ਸੀ ਹੁਣ ਨਹੀਂ ਹੈਗਾ ਪਹਿਲਾਂ ਰੱਬ ਹੁੰਦਾ ਸੀ ਹੁਣ ਨਹੀਂ ਹੈਗਾ ਇਹੋ ਜਿਹੀ ਗੱਲ ਨਹੀਂ ਤੇ ਵਸਤੂ ਕਰਕੇ ਵੀ ਅੰਤ ਨਹੀਂ ਜਿਵੇਂ ਕੋਈ ਵਸਤੂ ਇੱਥੇ ਹੋਵੇ ਉੱਧਰ ਤਾਂ ਹੋਵੇ ਉਹ ਤਾਂ ਹਰ ਵਸਤੂ ਚ ਹਰ ਸਮੇਂ ਚ ਹਰ ਜਗ੍ਹਾ ਤੇ ਸਭ ਕੁਝ ਉਹਦੇ ਚ ਹੀ ਹੈ ਤੇ ਉਹ ਸਾਰਿਆਂ ਦੇ ਵਿੱਚ ਹੈ ਤਾਂ ਇਸ ਪ੍ਰਕਾਰ ਇਹ ਸੱਚੇ ਪਾਤਸ਼ਾਹ ਆਪ ਜੀ ਦੇਸ਼ ਦੀ ਹੱਦ ਕਾਲ ਦੀ ਹੱਦ ਵਸਤੂ ਦੀ ਹੱਦ ਤੋਂ ਰਹਿਤ ਹੋ ਆਪ ਜੀ ਦੇ ਸਰੂਪ ਨੂੰ ਨਮਸਕਾਰ ਹੈ ਜਾਂ ਦੇਸ਼ ਕਹਿੰਦੇ ਨੇ ਆਦੇਸ਼ ਆਗਿਆ ਨਿਰਦੇਸ਼ ਵਿੱਚੋਂ ਕੀ ਨਿਕਲਿਆ ਨਿਰ ਤੇ ਆਦੇਸ਼ ਆਦੇਸ਼ ਮੈਨੇ ਆਗਿਆ ਆਗਿਆ ਮੈਨੇ ਹੁਕਮ ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਸੰਸਾਰ ਦਾ ਹਾਂ ਵਾਹਿਗੁਰੂ ਦੇ ਹੁਕਮ ਚ ਸਭ ਚੱਲਦਾ ਹੈ ਹੁਕਮ ਹੀ ਹੋਵਨਾ ਆਕਾਰ ਪਰ ਇਹਨਾਂ ਦਾ ਕੋਈ ਹੁਕਮ ਨਹੀਂ ਤੁਸੀਂ ਦੱਸ ਸਕਦੇ ਜਿਹੜਾ ਉਹਦੇ ਤੇ ਵੀ ਚੱਲਦਾ ਹੁਕਮ ਨਾ ਕਹਿਆ
या होर स्वरूप की व्याख्या नहीं कोई कर सकता है। नमस्तन निर्देशे महात्मा ने अर्थ कीते जिवें अकबर बादशाह को उन्हां दी भी साखी पढ़ाई है किसी ने, महाराजा जनक की भी पढ़ाई है, हम पता नहीं दोवें च सची कि साखी एक होंगी है जोड़ सारे लिखते बादशाह के नाल चंगी वे। महाराजा जनक ब्रह्म ज्ञानी जनक की साखी भी आती है कि एक महात्मा नाल गुस्से हो गए, गुस्से जाके क्या दफा हो जा निकल जाए। इस तरह अकबर बादशाह की भी आती है, किसी ने बड़ी ओरी सिफत की सलाह की, इथों तक कहता तू तो खुदा नालों भी उच्चा हो। तो जेडे वजीर होते ना ये सच घट ही दसते होंगे, जो रात कहो तो ना रात कही जाना, दिन कहो तो दिन कही जाना, सानू की उन्हें होर मसाला पाना होंगे। तो जोड़ा वजीर से बीरबल अकबर उन्हों पुछदा वा भी ये मैनू कह दिया भी तू खुदा नालो भी वड्डा बीरबल, कोई इदा का काम है जोड़ा खुदा भी नहीं कर सकता तो मैं कर सकता। बीरबल कहता जी एक काम है का। वो केड़ा? वो तू कर सकता खुदा नहीं कर सकता। वो की कि तू आप दे देश विचों काट सकता, देश निकाला दे सकता वा, ये तेरा देश कितों तक दोस्तान हो गया जा काबल कधार तक ताड़ा राज है, इहदे विचों तुसी किसे बंदे नूं काट सकते हो, देश निकाला दे सकते हो, पर वाहिगुरु यह काम नहीं कर सकता, खुदा यह काम नहीं कर सकता। कहता क्यों? कहता खुदा दी ते जरे जरे ते बादशाही आ तेरी ते दोस्तां च मुक जांदी, इत्थे भी नहीं आके लगदे कई वार, तेरी बादशाही कुछ सेदे है ते वाहिगुरु दी पातशाही ते जिन्ने ब्रह्मांड ने सारिया ची सब जगह उहदा ही हुक्म चलता है। इस करके सच्चे पातशाह तुसी देश वाली जिहड़ी हद बंदी आ ना भी हदबंदी होंगी है देश की इन्नी है देश की इन्नी, इदा तिरते लागू नहीं होंगी भी महाराज जी भी तुसी इत्थे हैगे हो ते उत्थे नहीं हैगे, इस जगह ते हैगे हो ते उस जगह ते नहीं हैगे। इस करके सच्चे पातशाह कहिंदे ऐसा वाहिगुरु जिहड़ा देश काल वस्तु हदबंदी तो रहत है ओनू मेरी सच्चे पातशाह कहते नमस्कार है। नमस्तन निर्भेषे नमस्कार है निर्रहत भेष भेखा तो, जिवें जोगी भेख है जंगम भेख है होर भी बड़े भेख मने गए ने, ये भेख धारण करके सिर्फ कपड़े पा के जे कोई कवे भी जोगी बन जाता होगा रब मिल पैदा होगा तो नहीं, अंजन माहे निरंजन रही है जोगी कही है सोई गली जोग ना हुई। कपड़े पा के भेख धारण करके जोग की प्राप्ति नहीं होती, आप भेख के अधीन नहीं हो, जोगियां के अधीन हो, जंगम के भेख के अधीन हो, प्रेम भावना के अधीन हो। धन गुरु गोबिंद सिंह महाराज कहते जिहड़ा वाहिगुरु भेखा तो रहत है उन्हों मेरी नमस्कार है। तो सच्चे पातशाह कृपा करते हुए फरमाते हैं समा काफी हो चुका है, वोइया भुला चुका दी खिमा, अगे वास्ते सारी संगत दे समात बख्शरी जी सतगुरु कृपा कर अपने चरणा च हाजरी प्रवान कर, धन बाबा जवाहरदास जी अपने चरणा च हाजरी प्रवान कर, होइया भुला चुका दी खिमा जी, लेख है कते न छुटी है खिल खिल भूलन हार बख्शन हार बख्शन है नानक पार उतार। नमस्तं निरकर्मे नमस्तं निरभरमे
नमस्तं निर्देशे, नमस्तं निर्देशे। वाहिगुरु जी का खालसा, वाहिगुरु जी की।